ਹਾਂਜੀ ਦੋਸਤੋ, ਪਸ਼ੂ ਮੰਡੀ ਬੇਰਾਂ ਵਾਲੀ ਤੋਂ ਬਹੁਤ ਹੀ ਸੋਹਣੀ ਠੰਡੇ ਸ਼ਾਂਤ ਸੁਭਾਅ ਦੀ ਐਚ ਐਫ ਦੀ ਪਿਓਰ ਐਚ ਐਫ ਦੀ ਬੱਚੀ ਤੁਹਾਡੇ ਸਾਹਮਣੇ ਹੈ ਜੀ। ਪ੍ਰੋਪਰ ਡਿਟੇਲ ਜਾਣਕਾਰੀ ਓਨਰ ਤੋਂ ਮਾਲਕ ਤੋਂ ਲੈ ਕੇ ਦਿੰਦੇ ਹੈਗੇ। ਇੱਕ ਵਾਰੀ ਬੱਚੀ ਦੇ ਉੱਤੇ ਨਿਗਾਹ ਮਾਰ ਲਓ, ਪ੍ਰੋਪਰ ਗੱਲਬਾਤ ਮਾਲਕ ਦੇ ਨਾਲ ਕਰਦੇ ਹਾਂ ਜੀ। ਬਹੁਤ ਹੀ ਠੰਡੇ ਸ਼ਾਂਤ ਸੁਭਾਅ ਦੀ ਮਿਲਾ ਹੈ ਵੀ ਪਹਿਲੇ ਸੂਏ 'ਚ। ਇੱਕ ਵਾਰੀ ਨਜ਼ਰ ਮਾਰੋ, ਕੱਦ ਘੱਟ ਠੰਡੇ ਸ਼ਾਂਤ ਸੁਭਾਅ ਦੀ ਅਤੇ ਬੋਡੀ ਸਟਰਕਚਰ ਦਾ ਜਿਹੜਾ ਲੇਵਾ ਅਡਰ ਲੱਗਿਆ ਜੀ, ਉਹ ਵੀ ਬਹੁਤ ਹੀ ਸ਼ਾਨਦਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਅਤੇ ਨੰਬਰ ਬੋਲ ਦਿਓ ਵੀਰ। ਨਾਮ ਸਾਡਾ ਕੁਲਵੰਤ ਸਿੰਘ ਹੈ, ਪਿੰਡ ਸਾਡਾ ਕੋਣੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ। ਠੀਕ ਹੈ ਜੀ। ਨੰਬਰ ਸਾਡਾ 99-88-91-05 99-88-91-05 ਠੀਕ ਹੈ। ਅਤੇ ਬੱਚੀ ਡਿਟੇਲ ਜੀ, ਸੂਆ ਕਿਹੜਾ ਹੈਗਾ? ਇਹ ਪਹਿਲਾ ਸੂਆ ਜੀ, ਦੋ ਦਿਨ ਦਾ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਵੀ ਨੂੰ ਹੋ ਗਏ 15 ਦਿਨ। 15 ਦਿਨ ਹੋ ਗਏ, ਠੀਕ ਹੈ। ਬੱਚਾ ਬੱਚੇ ਕਿ ਬੱਚੀ? ਬੱਚਾ ਜੀ। ਬੱਚਾ, ਠੀਕ ਹੈ। ਅਤੇ ਬੱਚੀ ਦੀ ਬਰੀਡ ਉਹ ਕੀ ਕਹਿੰਦੇ, ਟੀਕਾ ਟੂਕਾ ਕਿਹੜਾ ਲੱਗੇ, ਕੁਛ ਹੈ ਜੀ ਜਾਣਕਾਰੀ? ਸਾਨੂੰ ਕਲੀਅਰ ਜੀ ਅਤੇ ਹਾਂਜੀ ਐਚ ਐਫ ਦੇ ਪਿਓਰ 'ਚ। ਅਤੇ ਦੁੱਧ ਕੀ ਅਨੁਮਾਨ ਹੈ? 19 ਕਿਲੋ ਹੈਗਾ, 18-19 ਕਿਲੋ। ਠੀਕ ਹੈ। ਅਤੇ ਦੁੱਧ ਹੀ ਹੈ, ਮਤਲਬ ਬਾਹਲੀ ਤਾਂ ਹੈ? ਦੁੱਧ ਹੀ ਹੈ ਜੀ। ਠੀਕ ਹੈ ਜੀ। ਅਤੇ ਮੁੱਲ ਕੀ ਕਰਦੇ ਹੋ ਜੀ? ਹਾਂਜੀ ਦੋਸਤੋ, ਗੱਬਣ ਐਚ ਐਫ ਦੇ ਕ੍ਰੋਸ 'ਚ ਦੂਜੀ ਗਾਂ ਬਾਈ ਹੋਰਾਂ ਦੀ ਤੁਹਾਡੇ ਸਾਹਮਣੇ ਪੂਰੀ ਜਾਣਕਾਰੀ ਇਹਦੀ ਵੀ ਲੈ ਕੇ ਦਿੰਦੇ ਜੀ। ਬਹੁਤ ਹੀ ਸੋਹਣੀ ਠੰਡੇ ਸ਼ਾਂਤ ਸੁਭਾਅ ਦੀ ਗੱਲਬਾਤ ਕਰਦੇ ਹਾਂ ਜੀ। 28-30 ਲੀਟਰ ਦੁੱਧ ਬਾਈ ਹੋਰਾਂ ਨੇ ਕਿਹਾ ਹੈਗਾ ਹੈ ਨਾ, ਦੇਊਗੀ ਦੂਜੇ ਸੂਏ 'ਚ। ਅਤੇ ਗੱਬਨ ਦੇ ਕਿੰਨੇ ਦਿਨ ਪਏ ਆ ਉਹਦੀ ਵੀ ਜਾਣਕਾਰੀ ਲੈ ਕੇ ਦਿੰਦੇ। ਮੁੱਲ ਕੀ ਕਰਦੇ ਆ ਉਹਦੇ ਬਾਰੇ ਵੀ ਪੁੱਛਦੇ ਹਾਂ ਕਿ ਪਹਿਲਾਂ ਨਿਗਾਹ ਮਾਰ ਲਓ। ਬਹੁਤ ਹੀ ਠੰਡੇ ਅਤੇ ਵਧੀਆ ਲੇਵਾ ਲੱਗਿਆ ਹੋਇਆ ਜੀ। ਮੁੱਲ ਕੀ ਕਰਦੇ ਹੋ ਜੀ ਇਹਦਾ? ਸਾਹੀਵਾਲ ਦੇ ਕ੍ਰੋਸ ਹੈਗੀ, ਠੀਕ ਹੈ। ਇਹਦਾ ਕੀ ਡਿਟੇਲ ਹੈ ਸੂਆ? ਇਹਦਾ ਮੁੱਲ 45,000, ਦੂਜਾ ਸੂਆ ਦੁੱਧ ਹੈਗਾ 13-14। ਠੀਕ ਹੈ। ਤੇ ਬੱਚੀ ਹੈ ਕਿ ਬੱਚਾ? ਬੱਚਾ, ਠੀਕ ਹੈ ਜੀ। ਤੇ ਅਖੀਰ ਕਿੱਥੋਂ ਤੱਕ ਛੱਡਣੀ ਹੈ ਇਹ? ਅਖੀਰ 35,000 ਦੇ। 35,000 ਦੇ ਵਪਾਰ ਦੇ ਕੰਮ ਹੈ ਆਪਣਾ? ਵਪਾਰ ਦਾ ਕੰਮ, ਠੀਕ ਹੈ। ਅਤੇ ਘਰੇ ਕਿੰਨੇ ਕਿੰਨਾ ਹੁੰਦੇ ਆ ਆਪਣੇ? ਤਕਰੀਬਨ ਹੁੰਦੇ 10-11 ਗਾਈਆਂ ਕਾਊ। 10-11 ਹੁੰਦੇ ਆ, ਠੀਕ ਹੈ ਜੀ। ਨੰਬਰ ਦੁਬਾਰਾ ਬੋਲ ਦਿਓ ਇੱਕ ਵਾਰੀ। ਨੰਬਰ ਆਪਣਾ 99-88-91-05। ਠੀਕ ਹੈ ਜੀ, ਧੰਨਵਾਦ। ਹਾਂਜੀ ਦੋਸਤੋ, ਪੂਰੀ ਜਾਣਕਾਰੀ ਬਾਈ ਹੋਰਾਂ ਨੇ ਤਿੰਨੇ ਪਸ਼ੂਆਂ ਦੀ, ਤਿੰਨੇ ਨਗਾਂ ਦੀ ਦਿੱਤੀ ਹੈਗੀ। ਐਚ ਐਫ ਦੇ ਪਿਓਰ 'ਚ, ਐਚ ਐਫ ਦੇ ਕ੍ਰੋਸ 'ਚ ਦੂਜੀ ਗਾਂ, ਤੀਜੀ ਸਾਹੀਵਾਲ ਦੇ ਕ੍ਰੋਸ 'ਚ, ਹੈ ਨਾ। ਛੋਟੀ ਗਾਂ ਘਰੇ ਦੁੱਧ ਪੀਣ ਨੂੰ, ਕੁਆਲਿਟੀ ਅਤੇ ਕੁਆਂਟਿਟੀ 'ਚ ਦੋ ਵਧੀਆ ਹੈਗੀ, ਹੈ ਨਾ। ਅਤੇ ਆਹ ਨਗ ਤਾਂ ਬਹੁਤ ਹੀ ਸੋਹਣਾ ਹੈਗਾ ਅਤੇ ਹੈ ਮੁੱਲ ਇਹਦਾ 95,000 ਕਰੀ ਜਾਂਦੇ। ਚਲੋ ਬਾਕੀ ਮਾਨਤਾ ਨੂੰ ਵੀ ਕਰ ਦੇਣੀ, ਹੈ ਨਾ, ਛੋਟ ਛੜਈਆ ਹੋ ਜਾਂਦਾ ਹੁੰਦਾ ਹੈਗਾ। ਅਤੇ ਪ੍ਰੋਪਰ ਡਿਟੇਲ ਕਿੰਨੇ ਨਗਾਂ ਦੀ ਦਿੱਤੀ, ਕੰਟੈਕਟ ਨੰਬਰ ਬਾਈ ਹੋਰਾਂ ਚੱਲ ਰਿਹਾ ਹੈਗਾ। ਪਸ਼ੂ ਮੰਡੀ ਡੱਬ ਵਾਲੀ ਵੀ ਆਉਂਦੇ ਹੁੰਦੇ ਆ ਜੀ, ਵਪਾਰ ਦਾ ਕੰਮ ਹੈ ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਘਰੇ ਵੀ ਨਗ ਵਧੀਆ ਅਵੇਲੇਬਲ ਹੁੰਦੇ ਹੈਗੇ, ਕਾਲ ਕਰਕੇ ਬਾਕੀ ਗਾਵਾਂ ਦੀ ਵੀ ਘਰੋਂ ਵੀ ਤੁਸੀਂ ਡਿਟੇਲ ਲੈ ਸਕਦੇ ਹੋਗੇ। ਕਰਦੇ ਹਾਂ ਜੀ ਹੋਰ ਪਸ਼ੂਆਂ ਦੇ ਬਾਰੇ ਗੱਲਬਾਤ, ਪਹਿਲਾਂ ਇੱਕ ਵਾਰੀ ਇਹਦੇ ਉੱਤੇ ਫਿਰ ਨਿਗਾਹ ਮਾਰ ਲਓ। ਠੰਡਾ ਸ਼ਾਂਤ ਸੁਭਾਅ ਅਤੇ ਅਡਰ ਕੁਆਲਿਟੀ ਦੇ ਉੱਤੇ ਇੱਕ ਵਾਰੀ ਫਿਰ ਨਿਗਾਹ ਮਾਰੀ, ਫੇਸ ਕੁਆਲਿਟੀ ਤਾਂ ਤੁਹਾਡੇ ਸਾਹਮਣੇ ਆ।